ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਾਡਾ ਕਿਸਾਨ ਤੋਂ ਲਵਪ੍ਰੀਤ ਸਿੰਘ ਭੁੱਲਰ। ਤਾਂ ਦੋਸਤੋ, ਇਸ ਵਾਰ ਬੜਾ ਅਜੀਬ ਜਿਹਾ ਹੋ ਰਿਹਾ। ਕਣਕ ਦਾ ਜਿਹੜਾ ਝਾੜ ਆ ਉਹ ਆਪਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਵੀ ਦੇਖਣ ਨੂੰ ਮਿਲ ਰਿਹਾ ਅਤੇ ਬਹੁਤ ਹੀ ਜ਼ਿਆਦਾ ਘੱਟ ਵੀ ਦੇਖਣ ਨੂੰ ਮਿਲ ਰਿਹਾ। ਸਭ ਤੋਂ ਪਹਿਲਾਂ ਆਪਾਂ ਹੁਣ ਸ਼ੁਰੂਆਤ ਕਰਦੇ ਹਾਂ ਕਣਕ ਦੀਆਂ ਪੁਰਾਣੀਆਂ ਵਰਾਇਟੀਆਂ, ਜਿਵੇਂ HD 3159 ਅਤੇ 1105। ਇਹ ਮਿਕਸ ਕਰਕੇ ਬੀਜੀ ਗਈ ਸੀ ਅਤੇ ਪ੍ਰਤੀ ਏਕੜ ਇਸਦਾ ਜਿਹੜਾ ਝਾੜ ਆ ਉਹ 22 ਕੁਇੰਟਲ ਜਾਣੀ ਕਿ 55.5 ਕਿੱਲੇ ਦਾ ਆਇਆ ਗਾ। ਅੱਗੇ ਗੱਲ ਕਰਦੇ ਹਾਂ ਆਪਾਂ TBW 303 ਅਤੇ DBW 222 ਜੋ ਮਿਕਸ ਕਰਕੇ ਬੀਜੀ ਗਈ ਸੀ। ਬਹੁਤ ਹੀ ਜ਼ਿਆਦਾ ਵਧੀਆ ਝਾੜ ਆਇਆ, ਪ੍ਰਤੀ ਏਕੜ 23 ਕੁਇੰਟਲ ਜਾਣੀ ਕਿ 58.5 ਕਿੱਲੇ ਦਾ ਆਇਆ। ਕਿਹੜੇ ਥਾਂ ਆਇਆ? ਟੋਹਾਣੀ ਦੇ ਵਿੱਚ। ਤਾਂ ਦੋਸਤੋ, ਹੁਣ ਅੱਗੇ ਗੱਲ ਕਰਦੇ ਹਾਂ ਆਪਾਂ ਪਿੰਡ ਬੱਲਰਾ ਸੰਗਰੂਰ ਦੇ ਵਿੱਚ 27 ਅਕਤੂਬਰ ਨੂੰ ਬੀਜੀ ਗਈ ਸੀ DBW 222। ਬਹੁਤ ਹੀ ਜ਼ਿਆਦਾ ਨਿਰਾਸ਼ ਕੀਤਾ, ਸਿਰਫ ਕਿੱਲੇ ਦੀ 18 ਕੁਇੰਟਲ ਹੀ ਹੋਈ, ਜਾਣੀ ਕਿ 45 ਮਣ ਬਣਦਾ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇਸ ਵਾਰ ਝਾੜ ਬਹੁਤ ਜ਼ਿਆਦਾ ਵਧੀਆ ਦੇਖਣ ਨੂੰ ਮਿਲ ਰਿਹਾ ਅਤੇ ਬਹੁਤ ਹੀ ਜ਼ਿਆਦਾ ਘੱਟ ਦੇਖਣ ਨੂੰ ਵੀ ਮਿਲ ਰਿਹਾ। ਆਹ DBW 222 ਨੇ ਸਿਰਫ 18 ਕੁਇੰਟਲ ਪ੍ਰਤੀ ਏਕੜ ਹੀ ਝਾੜ ਦਿੱਤਾ। ਜਿਹੜੇ ਕਿਸਾਨ ਭਰਾ ਹੁਣ ਨਵੇਂ ਆ ਉਹ ਕਿਰਪਾ ਕਰਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ। ਜੇਕਰ ਤੁਸੀਂ ਇਹੀ ਵੀਡੀਓ ਫੇਸਬੁੱਕ ਪੇਜ 'ਤੇ ਵੇਖ ਰਹੇ ਹੋ ਤਾਂ ਆਪਣਾ ਪੇਜ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ। ਹੁਣ ਦੋਸਤੋ, ਅੱਗੇ ਗੱਲ ਕਰਦੇ ਹਾਂ ਆਪਾਂ DBW 222 ਅਤੇ DBW 187, ਦੋਨੇ ਕਣਕਾਂ ਮਿਕਸ ਕਰਕੇ ਬੀਜੀਆਂ ਗਈਆਂ ਸੀ ਤਰਨ ਤਰਨ ਦੇ ਵਿੱਚ। ਹੁਣ ਜਿਹੜੇ ਕਿਸਾਨ ਵੀਰ ਮਿਕਸ ਕਰਕੇ ਬਿਜਾਈ ਕਰ ਰਹੇ ਆ ਨਾ, ਉਹਨਾਂ ਦਾ ਝਾੜ ਬਹੁਤ ਜ਼ਿਆਦਾ ਵਧੀਆ ਆ ਰਿਹਾ। ਤਾਂ DBW 222 ਅਤੇ DBW 187 ਜਿਹੜੀ ਮਿਕਸ ਕਰ ਬੀਜੀ ਗਈ ਸੀ, ਇਸਦਾ ਝਾੜ ਪ੍ਰਤੀ ਏਕੜ 24 ਕੁਇੰਟਲ ਜਾਣੀ ਕਿ ਪੂਰਾ 60 ਮਣ ਕਿੱਲੇ ਦਾ ਆਇਆ, ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਝਾੜ ਆ, ਬੰਪਰ ਝਾੜ ਆ। ਅੱਗੇ ਗੱਲ ਕਰਦੇ ਹਾਂ ਹੁਣ ਆਪਾਂ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਹਰਮਨ ਪਿਆਰੀ ਵਰਾਇਟੀ ਨਵੀਂ ਵਰਾਇਟੀ PBW 826 ਬਾਰੇ। ਤਾਂ ਮੋਹਾਲੀ ਦੇ ਵਿੱਚ ਇਸਦਾ ਝਾੜ ਵੀ ਕੁਝ ਖਾਸ ਨਹੀਂ ਆਇਆ, ਸਿਰਫ 19 ਕੁਇੰਟਲ ਕਿੱਲੇ ਦਾ। ਮਣਾਂ ਵਿੱਚ ਗੱਲ ਕਰਕੇ ਤਾਂ 47-48 ਮਣੀ ਬਣਦਾ। ਤਾਂ ਕੁੱਲ ਮਿਲਾ ਕੇ ਦੋਸਤੋ, ਜਿਹੜੀ PBW 826 ਹੈ ਨਾ, ਇਸਦਾ ਝਾੜ ਵੀ ਰਲਿਆ ਮਿਲਿਆ ਜਾ ਰਿਹਾ ਅਤੇ ਜਿਹੜੀ PBW 826 ਨੂੰ ਪੀਰੀ ਗੁੰਗੀ ਪੈ ਗਈ ਸੀ ਉਸਦਾ ਝਾੜ ਵੀ ਤੁਹਾਡੇ ਨਾਲ ਜਲਦ ਸਾਂਝਾ ਕਰਾਂਗੇ। ਹੁਣ ਲਾਸਟ ਦੇ ਵਿੱਚ ਗੱਲ ਕਰਦੇ ਹਾਂ ਆਪਾਂ ਫਿਰੋਜ਼ਪੁਰ ਦੇ ਵਿੱਚ 30 ਕਿੱਲੇ ਕਣਕ ਵੱਢੀ ਗਈ ਹੈ DBW 187। ਤਾਂ 30 ਕਿੱਲਿਆਂ ਦਾ ਅੱਜ ਮੈਂ ਤੁਹਾਨੂੰ ਦੜਾ ਦੱਸਣ ਜਾ ਰਿਹਾ ਕਿ ਇਸਦਾ ਦੜਾ ਕੀ ਪਿਆ। ਤਾਂ 30 ਕਿੱਲੇ ਕਣਕ DBW 187 ਪ੍ਰਤੀ ਏਕੜ 24 ਕੁਇੰਟਲ ਹੋਈ ਆ, 24 ਕੁਇੰਟਲ ਦੀ ਐਵਰੇਜ ਆਈ ਹੈ 30 ਕਿੱਲਿਆਂ ਦੀ, ਜੋ ਕਿ 60 ਮਣ ਪ੍ਰਤੀ ਏਕੜ ਬਣਦਾ। 60 ਮਣ ਝਾੜ ਆਉਣਾ, 30 ਕਿੱਲਿਆਂ ਦਾ ਦੜਾ ਪੈਣਾ, ਬਹੁਤ ਹੀ ਜ਼ਿਆਦਾ ਵਧੀਆ ਝਾੜ ਆ ਰਿਹਾ। DBW 187 ਦਾ ਝਾੜ ਇਸ ਵਾਰ ਬਹੁਤ ਹੀ ਜ਼ਿਆਦਾ ਵਧੀਆ ਆ ਰਿਹਾ। ਹੁਣ ਦਿਓ ਇਜਾਜ਼ਤ, ਧੰਨਵਾਦ ਦੋਸਤੋ।